ਮੈਂ ਨਾ ਸੁਖਪ੍ਰੀਤ ਖੇਡਦਾ ਹੋਵੇ ਬਾਈ ਮਾਂ ਪ੍ਰਸ਼ਾਂਤ ਹੁਣ ਬਾਈ ਮੈਂ ਸੋਲਾ ਟੀਮਾਂ ਸ਼ੇਰਪੁਰ ਵਾਲੇ ਬਾਈ ਪਲਾਂਟੀ ਸੋਨੂੰ ਵੀ ਲੱਗੂ ਜੀ ਅਗਲਾ ਮੈਚ ਨਹੀਂ ਖੇਡਦੇ ਚੰਨਣ ਮਾਲ ਦੀ ਧਰਤੀ ਦਾ ਸੋਨਾ ਵੀ ਕ੍ਰਿਕਟ ਦੇ ਵਿੱਚ ਖਿਡਾਰੀ ਦੇਖਿਆ ਮੈਂ ਕਮਾਲ ਦਾ ਲੰਮੇ ਲੰਮੇ ਛੱਕੇ ਮਾਰਦਾ ਸੋਨਾ ਚੰਨਣ ਮਾਲ ਦਾ ਲੈਗਨਡਰ ਆਵੇਗਾ ਜੇਤੂ ਟੀਮ ਦਾ ਜੇਤੂ ਟੀਮ ਰਹੀ ਸੀਗੀ ਬਾਈ ਕਿੰਨਾ ਬਜਵਾਣੀ ਬਾਲੀਆਂ ਦੀ ਟੀਮ ਬਾਲੀਆਂ ਦੀ ਟੀਮ ਦਾ ਇੱਕ ਖਿਡਾਰੀ ਲੈਗਨਡਰ ਆ ਜਿਹੜੀ ਖੋਟੜੇ ਦਾ ਮੈਚ ਕੋਟੜੇ ਦਾ ਮੈਚ ਕੋਟੜੇ ਦਾ ਮੈਚ ਹੋਣਾ ਬਾਈ ਹਾਲੇ ਦੱਸ ਦਾਂਗੇ ਕੋਈ ਗੱਲ ਨਹੀਂ ਕੋਟੜੇ ਦਾ ਮੈਚ ਹੋ ਜਾਣੀ ਹੈ ਹਾਲੇ ਵੀਰੇ ਕੋਟੜੇ ਦੀ ਟੀਮ ਹੈਗੀ ਮਾਝੀ ਦਾ ਇੱਕ ਬੰਦਾ ਆਉਂਦਾ ਜਾਂ ਨਹੀਂ ਆਉਂਦਾ ਦੱਸੇ ਵੀਰੇ ਮਾਝੀ ਦੀ ਟੀਮ ਸੋਨੀ ਵੀਰਾ ਸਾਡੇ ਨਾਲ ਸੰਪਰਕ ਕਰੇ ਕਰੀ ਬਾਈ ਸ਼ੇਅਰ ਕਰ ਦਿਓ ਮੈਚ ਨੂੰ ਭਰਾਵੋ ਸੋਨੀ ਆਵੇ ਸਾਡੇ ਕੋਲ ਬਾਈ ਸ਼ੇਅਰ ਕਰ ਦਿਓ ਮੈਚ ਨੂੰ ਤਕੜਾ ਮੈਚ ਆ ਪੂਰਾ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਹੀ ਚੱਲਦਾ ਲਾਈਵ ਦੱਸਿਓ ਬਾਈ ਸੈੱਟ ਆ ਕੰਮ ਦੇਖੀ ਨਾ ਟ੍ਰਿਪਲ ਜ਼ੀਰੋ ਥ੍ਰੀ ਹੈ ਹਰਮਨ ਧੂਰੀ ਕਮੇਟੀ ਚ ਆ ਬਾਈ ਨੰਬਰ ਲੈ ਕੇ ਦੇ ਬਾਈ ਹੈਰੀ ਵੈਰੋ ਕਿਹਦਾ ਛੱਡੀ ਬਾਈ ਭਗਵਾਨਪੁਰੋ ਦੀ ਟੀਮ ਜਿਹੜੀ ਕੱਤੀ ਨਹੀਂ ਗਈ ਉਹਨੂੰ ਬਾਈ ਦੇਤੀ ਬਾਈ ਭਗਵਾਨਪੁਰੇ ਦੀ ਟੀਮ ਦੂਜੇ ਰਾਊਂਡ ਦਾ ਮੈਚ ਖੇਡੇਗੀ ਉਧਰ ਸਾਡਾ ਵੀਰ ਆਲੂ ਵੀ ਆਇਆ ਕਹਿੰਦੇ ਪੀਲੇ ਵਾਲਾ ਵੀ ਚਾਰ ਸਿਰਾਂ ਮੱਤੇ ਯਾਰੀਆਂ ਦੇ ਮੁੱਲ ਜਿੱਥੇ ਪੈਂਦੇ ਆ ਨਹਿਰ ਦੇ ਕਿਨਾਰੇ ਉਹਨੂੰ ਪੀਲਾ ਪਿੰਡ ਕਹਿੰਦੇ ਆ ਨਿੱਟੂ ਸਰਪੰਚ ਦਾ ਨਸ਼ੇਰ ਭਜਾ ਹੋਇਆ ਸਾਡਾ ਵੀਰ ਨਵੀਂ ਮਾਮਾ ਵੀ ਆਇਆ ਹੈ ਯਾਰੀ ਕਿਹਦੇ ਨਾਲ ਹੈ ਚੰਨਣਾ ਦੇ ਸੋਨੇ ਦੇ ਨਾਲ ਹੈ ਧਮੋ ਦੁਬਾਰਾ ਦੇ ਮੱਥਾ ਜੂੜੀ ਮੱਥਾ 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 ਰਨ ਚਾਰ ਮੱਥੇ ਨੇ ਕਮਾਲੀ ਕਰ ਦਿੱਤੀ ਹੈ ਇਹ ਆ ਰੋਹਿਤ ਲੁਧਿਆਣੇ ਵਾਲਾ ਮੇਰੇ ਵੀਰ ਰੋਹਿਤ ਲੁਧਿਆਣੇ ਵਾਲਾ ਰਨ ਚਾਰ ਜਿਹੜੇ ਚੋਰ ਦਾ ਹੋਇਆ ਚਿੱਟੀ ਕਹਿੰਦੇ ਧਮੋ ਪਿੰਡ ਦਾ ਮੇਰੇ ਪੰਜਾਬੀ ਵੀਰ ਫਿਰ ਬਾਲ ਬਣ ਜੋੜੀ ਤਿਆਰ ਹੈ ਘੇਰੇ ਤੋਂ ਤਿੰਨ ਫੀਲਡਰ ਬਾਹਰ ਹੈ ਗੱਗੀ ਘੇਰੇ ਤੋਂ ਤਿੰਨ ਰੱਖ ਸਕਦੇ ਹਾਂ ਆਪਾਂ ਇਹ ਰੂਲ ਆ ਬਾਈ ਘੇਰੇ ਤੋਂ ਤਿੰਨ ਫੀਲਡਰ ਬਾਹਰ ਰੱਖ ਸਕਦੇ ਨੇ ਵੀ ਚਿੱਟੀ ਇੱਧਰ ਮੱਥਾ ਕਹਿੰਦੇ ਤੋੜ ਦਿੱਤਾ ਧਮੋਟ ਵਾਲੀ ਨੇ ਨੋਨੇ ਦੇ ਪਿੰਡ ਮੱਥੇ ਨੂੰ ਤੋੜਦਾ ਹੋਇਆ ਚੰਨਣ ਵਾਲੀ ਹੈ ਜਿਹੜਾ ਕਹਿੰਦੇ ਅੱਜ ਦੇ ਸਮੇਂ ਦਾ ਅੱਜ ਦੀ ਤਰੀਕ ਦਾ ਸਭ ਤੋਂ ਤਕੜਾ ਬੈਟਸਮੈਨ ਹੈ ਚੰਨਣ ਮਾਲ ਦਾ ਸੋਨਾ ਜਿਹਦੀਆਂ ਗੱਲਾਂ ਹੁੰਦੀਆਂ ਮੇਰੇ ਵੀਰ ਕ੍ਰਿਕਟ ਦੇ ਮਹਾਨ ਖਿਡਾਰੀਆਂ ਦੇ ਵਿੱਚ ਨਾਮ ਹੈ ਚੰਨਣ ਮਾਲ ਦੇ ਸੋਨੇ ਦਾ ਉੱਧਰ ਜਿੰਨੇ ਵੀ ਵੀਰ ਕਾਸਪੋਰਟ ਕ੍ਰਿਕਟ ਫੀਵਰ ਸੰਗਰੂਰ ਦੇ ਜ਼ਰੀਏ ਜੁੜੇ ਹੋਏ ਆ ਸੰਗਰੂਰ ਕ੍ਰਿਕਟ ਫੀਵਰ ਦੀਆਂ ਗੱਲਾਂ ਹੈ ਤੇ ਉਹਨਾਂ ਵੀਰਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਗੁਰਸੇਵਕ ਸਿੰਘ ਗਿੱਲ ਜੇ ਕਹੀਏ ਤਾਂ ਨਹੀਂ ਪਤਾ ਲੱਗਣਾ ਜੇ ਕਹੀਏ ਵੀ ਚਿੱਟੀਆਂ ਧਮੋਟ ਪਿੰਡ ਦਾ
ਤੇ ਬੱਚੇ ਬੱਚੇ ਨੇ ਕੰਨ ਚੱਕ ਲੈਣੇ ਆ ਮੇਰੇ ਪੰਜਾਬੀ ਵੀਰ। ਇਹ ਆ ਚਿੱਟੀ ਧਮੋੜ ਦੀ ਧਰਤੀ ਦਾ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਉੱਪਰ। ਇਹ ਜਾਗਾ ਕਹਿੰਦੇ ਛੰਨਾ ਵਾਲਾ ਮੇਰੇ ਵੀਰ। ਖੇਡ ਮੈਦਾਨ ਦੇ ਅੰਦਰ ਇੱਕ ਫਤਿਹਗੜ੍ਹ ਛੰਨਾ ਹੈ ਜਿਹੜਾ ਪਾਲੀ ਹੁਣਾਂ ਦਾ ਪਿੰਡ ਪਰ ਗਵੰਢੀ ਪਿੰਡ ਦੀ ਟੀਮ ਹੈ ਛੰਨਾ ਦੀ ਮੇਰੇ ਵੀਰ। ਡੱਗਰ ਸੇਵਕ ਸਿੰਘ ਗਿੱਲ ਫੇਰ ਬਾਲ ਪਾ ਰਿਹਾ ਹੈ ਸੁੱਟੀ ਹੋਈ ਬਾਲ ਦੇ ਖੇਡਾਂ ਸ਼ਾਰ ਦੇ ਕਸੂਰ ਜਿਹੜਾ ਹੋਰ ਜੁੜ ਚੁੱਕਿਆ ਹੈ। ਚੰਨਣ ਵਾਲੀ ਆ ਇਹਦਾ ਪਿੰਡ ਠੀਕਰੀਆਲ ਰਾਏਸਰ ਦੇ ਲਾਗੇ ਤੇ ਰਾਏਸਰ ਪਿੰਡ ਸਤਰਾਮ ਉਦਾਸੀ ਦਾ। ਮਾਂ ਧਰਤੀ ਨੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਗਦਾ ਰਹੀ ਦੇ ਸੂਰਜਾ ਕਮੀਆਂ ਦੇ ਫੇਰੇ ਮਗਦਾ ਰਹੀ ਦੇ ਸੂਰਜਾ ਕਮੀਆਂ ਦੇ ਫੇਰੇ। ਸਤਰਾਮ ਉਦਾਸੀ ਦੇ ਪਿੰਡ ਦੇ ਲਾਗੇ ਚੰਨਣ ਵਾਲ ਪਿੰਡ ਸੋਨੇ ਦਾ ਤੇ ਕਮਾਲ ਦੇ ਖਿਡਾਰੀ ਦੇ ਰਨ ਵੇਖਦੇ ਆ। ਇੱਕ ਜਿਹੜਾ ਜੁੜ ਚੁੱਕਿਆ ਹੈ ਇੱਕ ਜਿਹੜਾ ਜੁੜ ਚੁੱਕਿਆ ਸੇਬੀ ਘਨੌਰੀ ਵਾਲਾ ਸਾਡਾ ਵੀਰ ਚਿਲੀ ਫਿਰੋਜ਼ਪੁਰੀ ਦਾ ਸਨਮਾਨ ਹੈ ਜਿਹੜਾ ਬੁਲਾਇਆ ਸੀਗਾ ਬਾਈ ਨੇ ਵੀ ਆਪਾਂ ਜੂਸਰ ਦੇਣਾ ਜੇ ਚਿਲੀ ਬੈਸਟ ਰਵੇਗਾ। ਇਹ ਬੈਸਟ ਦਾ ਜੂਸਰ ਹੈ ਮੇਰੀ ਆ ਵੀ ਚਿਲੀ ਫਿਰੋਜ਼ਪੁਰੀ ਹੈ ਇੱਕ ਤਾੜੀ ਮਾਰਦੀ ਆਪਾਂ ਚਿਲੀ ਫਿਰੋਜ਼ਪੁਰੀ ਦੇ ਨਾਂ ਦੇ ਜਿਹਨਾਂ ਕਹਿੰਦੇ ਸਨਮਾਨ ਕੀਤਾ ਜਾ ਰਿਹਾ ਤੇ ਚਿਲੀ ਨੇ ਵੀ ਲੁਧਿਆਣੇ ਜਾਣਾ ਮੇਰੇ ਵੀਰ। ਘਨੌਰੀ ਦੇ ਟੂਰਨਾਮੈਂਟ ਦੇ ਕਹਿੰਦੇ ਬੈਸਟ ਬੈਟਸਮੈਨ ਸੀਗਾ ਚਿਲੀ ਫਿਰੋਜ਼ਪੁਰੀ ਹੈ ਇਹਦੀ ਪ੍ਰਧਾਨ ਅੱਜ ਆਪਾਂ ਕਰ ਦਈਏ ਸਨਮਾਨ ਸੋਨੀ ਹੁਣੀ ਆ ਸਾਡੇ ਵੀਰ ਜਿਹੜੀ ਆ ਉਹ ਬਲਵੀਰ ਮਾਲੀਆ ਇੱਕ ਵਿਜੇ ਮਾਲੀਆ ਤੇ ਇੱਕ ਬਲਵੀਰ ਮਾਲੀਆ ਆਇਆ ਹੈ ਚਿਲੀ ਫਿਰੋਜ਼ਪੁਰੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਸਾਡੇ ਸੇਬੀ ਘਨੌਰੀ ਵੱਲੋਂ ਕੀਤਾ ਜਾ ਰਿਹਾ ਮੇਰੇ ਵੀਰ। ਸੇਬੀ ਆ ਘਨੌਰੀ ਵਾਲਾ ਸਾਡਾ ਵੀਰ ਇੱਕ ਓਵਰ ਦੀ ਸਮਾਪਤੀ ਦੇ ਸਕੋਰ ਅੱਠ ਪਹਿਲੇ ਓਵਰ ਦੀ ਸਮਾਪਤੀ ਦੇ ਅੱਠ ਸਕੋਰ ਹੋ ਚੁੱਕੇ ਆ। ਗਰੇ ਵਾਲੇ ਪਰਿਵਾਰ ਦਾ ਜੱਸੇ ਦਾ ਕਹਿੰਦੇ ਯਾਰ ਜੁੰਡੀ ਦਾ ਯੋਧਾ ਦੀ ਧਰਤੀ ਦਾ ਗੱਗੀ ਆ ਗਿਆ ਬਾਲ ਪਾਉਣ ਦੇ ਲਈ ਧਰਨੇ ਤੇ ਘਰਦੇ ਹੁਣਾਂ ਦੇ ਪਿੰਡ ਦਾ ਨੌਜਵਾਨ ਗੱਭਰੂ ਬਾਲ ਪਾਵੇਗਾ ਮੇਰੇ ਵੀਰ। ਧਰਨੇ ਦੀ ਚੜ੍ਹਤ ਬੜੀ ਹੈ ਖੇਡ ਕਬੱਡੀ ਦੇ ਵਿੱਚ ਪਰ ਗੱਗੀ ਦੀ ਚੜ੍ਹਤ ਕਹਿੰਦੇ ਕ੍ਰਿਕਟ ਦੇ ਵਿੱਚ ਬੜੀ ਹੈ ਮੇਰੇ ਵੀਰ। ਯੋਧਾ ਵਾਲਾ ਗੱਗੀ ਸਾਹਮਣੇ ਦੇਖਦਾ ਵੀ ਛੰਨਾ ਵਾਲਾ ਗੱਲ ਕਿਹੋ ਜਿਹੀ ਕਰਦਾ ਹੈ। ਖੇਡ ਗਰਾਊਂਡ ਦੇ ਅੰਦਰ ਨੌਜਵਾਨ ਗੁਰਪ੍ਰੀਤ ਸਿੰਘ ਗਰੇਵਾਲ ਬਾਲ ਪਾਉਣ ਦੇ ਲਈ ਤਿਆਰ ਹੈ। ਸੁੱਟੀ ਬਾਲ ਦੇ ਖੇਡਾਂ ਸ਼ਾਟ ਇੱਕ ਸਕੋਰ ਜਿਹੜਾ ਜੁੜਦਾ ਹੋਇਆ ਆ ਗਏ ਚੰਨਣ ਵਾਲੀਆਂ ਮੇਰੇ ਵੀਰ। ਬਡੁੰਦੀ ਦੇ ਮੇਲੇ ਦਾ ਨੌਜਵਾਨ ਚੇਤਕ ਦਾ ਜੇਤੂ ਹੈ ਯਾਰਾਂ ਦਾ ਯਾਰ ਹੈ ਇਹ ਕਹਿੰਦੇ ਚੰਨਣ ਵਾਲ ਦੀ ਧਰਤੀ ਦਾ ਸੋਨਾ ਹੈ। ਗੱਲਾਂ ਕਹਿੰਦੇ ਹੁੰਦੀਆਂ ਇਸ ਨੌਜਵਾਨ ਗੱਭਰੂ ਦੀਆਂ। ਖੇਡ ਮੈਦਾਨ ਦੇ ਅੰਦਰ ਗੁਰਪ੍ਰੀਤ ਸਿੰਘ ਗਰੇਵਾਲ ਫਿਰ ਬਾਲ ਪਾਉਣ ਦੇ ਲਈ ਤਿਆਰ ਹੈ। ਇਹ ਵੀ ਸੁਣਿਆ ਫੜ ਪਿਆਰੀ ਨੌਜਵਾਨ ਸੁੱਟੀ ਬਾਲ ਖੇਡਾਂ ਸ਼ਾਟ ਭੱਜ 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 ਰਨ ਚਾਰ ਰਨ ਚਾਰ ਚੰਨਣ ਵਾਲੀਆਂ ਨੇ ਖੇਡ ਦਿੱਤੇ ਆ। ਰਨ ਚਾਰ ਦਾ ਜਿਹੜਾ ਵਾਧਾ ਹੋ ਚੁੱਕਿਆ ਨਵੀਂ ਲੈ ਕੇ ਆਇਆ ਕਹਿੰਦੇ ਚੰਨਣ ਵਾਲਾ ਇਹਨੂੰ ਰਿੰਕੂ ਪੁੱਜਿਆ ਹੈ। ਗੱਲਾਂ ਰਿੰਕੂ ਦੀਆਂ ਵੀ ਹੁੰਦੀਆਂ ਹੈ ਤਾਂ ਵੀ ਨਵੀਂ ਗੱਲਾਂ ਹੁੰਦੀਆਂ ਕਹਿੰਦੇ ਆਲੂ ਦੀਆਂ। ਲਓ ਸਾਹਮਣੇ ਅਗਲੀ ਬਾਲ ਫੇਰ ਕਹਿੰਦੇ ਚੰਨਣ ਵਾਲੀ ਆ ਤਿਆਰ ਹੈ। ਬੜੀ ਤਕੜੀ ਬਾਲ ਯੋਧਾ ਵਾਲੇ ਗੱਗੀ ਦੀ ਵੀ ਹੋਇਆ ਕਿ ਜੇ ਕੁੜੀਆਂ ਤੋਂ ਦਿੱਲੀ ਸ਼ਹਿਰ ਦੀ ਮੈਂ ਵੀ ਜੱਟ ਲੁਧਿਆਣੇ ਦਾ ਪਰ ਬਰਨਾਲੇ ਵਾਲਿਆਂ ਦੀ ਵੀ ਬੜੀ ਚੜ੍ਹਦਾ ਹੈ। ਚੰਨਣ ਵਾਲ ਦਾ ਸੋਨਾ ਦੀਲੇ ਦਾ ਮਨਿੰਦਰ ਸੈਨੇ ਦਾ ਹਰਪ੍ਰੀਤ ਬਰਨਾਲੇ ਦੇ ਲਾਲੀ ਵਰਗੇ ਪ੍ਰੇਅਰ ਇਸ ਧਰਤੀ ਨੇ ਪੈਦਾ ਕੀਤੇ ਆ ਮੇਰੇ ਵੀਰ। ਤੇ ਨੌਜਵਾਨ ਜ਼ਿਲ੍ਹੇ ਬਰਨਾਲੇ ਵਾਲ ਖੇਡ ਮੈਦਾਨ ਦੇ ਅੰਦਰ ਖੇਡਿਆ ਜਾ ਰਿਹਾ। ਮੈਚ ਹੋਣਗੇ ਟਿਕਾਣੇ ਜਾਂ ਟਾਉਣਗੇ ਪਤਾ ਲੱਗ ਜੂ ਕਿੰਨਾ ਕੁ ਡੂੰਘਾ ਪਾਣੀ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਮੇ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਮੇ ਖਾਣੀ। ਬੜੀ ਤਕੜੀ ਬਾਲ ਦੇ ਖੇਡਾਂ ਸ਼ਹਿਰ ਦੇ ਰਨ ਵੇਖਦੇ ਆ ਚਾਰ ਜਿਹੜੇ ਹੋਰ ਜੁੜ ਚੁੱਕੇ ਆ ਮੇਰੇ ਵੀਰ। ਚਾਰ ਸਕੋਰ ਦਾ ਵਾਧਾ ਹੋ ਚੁੱਕਿਆ ਚੱਲ ਕੋਈ ਨਾ
ਮੋਢਾ ਵਾਲਾ ਕਹਿੰਦੀ ਫਿਰ ਪਿਆਰ ਹੈ ਕਰਨ ਦੇ ਪਿੰਡਾਂ ਨੌਈਆਂ ਨੇ ਤੇ ਐਨ ਤਕੜੀ ਵਾਲ ਮੇਰੇ ਵੀਰੇ ਮੋਢਾ ਵਾਲੀ ਦੀ ਭਾਈ ਹੈ ਚੰਨਣ ਵਾਲੀ ਆ 92 ਰਾਰ ਵੀ ਹੈ ਕ੍ਰਿਕਟ ਦੀ ਖੇਡ ਵਾਲ ਅਕਲੀਏ ਦੀ ਟੀਮ ਵੀ ਪੁੱਜ ਗਈ ਹੈ ਬੱਬੂ ਭਾਈ ਰੁਪਿੰਦ ਤੇ ਬਾਗੇ ਦਾ ਪੁੱਤਰ ਜਿਹੜਾ ਸਾਦਕ ਦੇ ਮੇਲੇ ਦਾ ਮੋਟਰਸਾਈਕਲ ਦਾ ਜੇਤੂ ਰਿਹਾ ਹੈ ਉਹ ਵੀ ਨੌਜਵਾਨ ਪੁੱਜਿਆ ਮੱਥਾ ਮੋਢਾ ਵਾਲਾ ਫਿਰ ਪਿਆਰ ਹੈ ਫੜਵੇ ਸੋਨਿਆਂ ਤਿਆਰੀ ਫੜਵੇ ਸੋਨਿਆਂ ਤਿਆਰੀ ਦੀ ਇੱਕ ਸਕੋਰ ਜਿਹੜਾ ਛੁੜਦਾ ਹੈਗਾ ਖੇਡ ਮੈਦਾਨ ਦੇ ਅੰਦਰ ਤਕੜਾ ਮੈਚ ਦੋਨੋਂ ਟੀਮਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਣ ਤੋਂ ਵੱਡੀ ਗੱਲ ਹੈ ਅੱਜ ਖੇਡ ਮੈਦਾਨ ਦੇ ਅੰਦਰ ਮੇਰੇ ਵੀਰੋ ਉਮਰ ਦੀ ਸਮਾਧੀ ਦੇ ਸਕੋਰ ਸਾਡਾ ਛੋਟਾ ਵੀਰ ਦੱਸੋ ਪਰ ਕੋਟੜੇ ਦੇ ਮਾਝੀ ਦਾ ਮੈਚ ਨੀ ਬਦਲਦਾ ਬਾਈ ਕਿਸੇ ਵੀ ਹਾਲਤ ਉਹ ਮੈਚ ਤਾਂ ਹੋਣਾ ਹੀ ਹੋਣਾ ਕੁਛ ਵੀ ਹੋ ਜਾਏ ਉਹ ਮਾਝੀ ਆ ਗਈ ਬਾਈ ਮਾਝੀ ਮਾਝੀ ਵਾਲਿਆਂ ਦਾ ਨੰਬਰ ਹੈਗਾ ਕਿਸੇ ਕੋਲ ਸੋਨੂ ਨੇ ਇੰਟਰ ਕਰਾਈ ਸੀ ਤੇ ਸੋਨੀ ਜਿਹੜੀ ਜ਼ਿੰਮੇਵਾਰੀ ਲਵੇਗਾ ਸੋਨੂ ਉਸਤਾਦ ਵਾਲਾ ਤੇ ਵੀ ਜ਼ਿੰਮੇਵਾਰੀ ਸਾਂਭਣੀ ਪੈਣੀ ਆ ਸੋਨੂ ਆਸ਼ੂ ਦਾ ਨਹੀਂ ਪਤਾ ਬਾਈ ਯਾਰ ਲਓ ਸਾਹਮਣੇ ਬਾਲ ਪਾਉਣ ਦੇ ਲਈ ਧਮੋਟ ਬਣਿਆ ਗਾ ਮੇਰੇ ਵੀਰੋ ਚੰਨਣ ਵਾਲੀ ਨੇ ਮਾਰਿਆ ਸ਼ਾਟ ਦੇ ਥੱਲੇ ਕਹਿੰਦੇ ਛੋਟਾ ਵਾਲਾ ਡਿੱਗ ਗਈ ਆ ਚੰਨਣ ਵਾਲੀ ਆਊਟ ਹੋ ਚੁੱਕਿਆ ਡਿੱਗ ਡਿੱਗ ਗਈ ਆ ਤੇ ਚੰਨਣ ਵਾਲੀ ਆਊਟ ਹੋ ਚੁੱਕਿਆ ਮੇਰੇ ਵੀਰੋ ਮੁੱਲ ਪੈਣ ਸਰੀਰਾਂ ਦੇ ਲੈਣ ਮੇਰ ਤਾਂ ਉੱਠ ਕੇ ਧੰਨ ਜ਼ੋਰ ਜਵਾਨਾਂ ਦਾ ਲੈ ਜਾਣ ਭਰਿਆ ਹੀ ਮੇਲਾ ਲੁੱਟ ਕੇ ਇਹ ਅੜੀਅਣ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਲੁੱਡੀਆਂ ਪੈਂਦੀਆਂ ਸ਼ੇਰਪੁਰ ਦੇ ਵਿੱਚ 14, 15, 16, 17, 18 ਤੇ 19 ਤਰੀਕ ਇੰਨੇ ਬਾਜਵੇ ਦੇ ਵਿੱਚ 3600 ਫੋਰ ਦਾ ਫੈਸਲਾ ਹੋਣਾ ਵੀ ਜੱਟ 3600 ਲਿਆਇਆ ਨੀਲੇ ਰੰਗ ਦਾ ਗਲੀ ਚ ਲੱਡੂ ਪੰਡ ਜਿੱਤ ਗਈ 3600 ਫੋਰ ਦਿੱਤਾ ਜਾਣਾ ਇੰਨੇ ਬਾਜਵੇ ਦੇ ਵਿੱਚ ਮੇਰੇ ਵੀਰੋ 41,000 ਕਿਹੜੀ ਭਾਗਾਂ ਵਾਲੀ ਟੀਮ ਜਿੱਤੇਗੀ ਗੱਲਾਂ ਸਮੇਂ ਦੀਆਂ ਕਿਹੜਾ ਖਿਡਾਰੀ 3600 ਫੋਰ ਜਿੱਤੇਗਾ ਇਹ ਵੀ ਗੱਲਾਂ ਸਮੇਂ ਦੀਆਂ ਆਉਣਗੀਆਂ ਮੇਰੇ ਵੀਰੋ ਲੈ ਦੇਖੋ ਅਗਲੀ ਬਾਲ ਫਿਰ ਧਮੋਟ ਵਾਲੇ ਗੱਭਰੂ ਨੇ ਫੜ ਲਈ ਆ ਤਿਆਰੀ ਮੇਰੇ ਵੀਰੋ ਧਮੋਟ ਪਿੰਡ ਦਾ ਨੌਜਵਾਨ ਫਿਰ ਬਾਲ ਪਾਉਣ ਦੇ ਲਈ ਤਿਆਰ ਹੈ ਸ਼ੇਰਪੁਰ ਦੇ ਅਗਲੀਆਂ ਇਹ ਦੋਨੋਂ ਟੀਮਾਂ ਅੱਗੇ ਜਿਹੜੀਆਂ ਟਾਸ ਕਰ ਰਹੇ ਨੇ ਸ਼ੇਰਪੁਰ ਤੇ ਅਗਲੀਆਂ ਦੀਆਂ ਟੀਮਾਂ ਦਾ ਅਗਲਾ ਮੈਚ ਖੇਡਿਆ ਜਾਣਾ ਹੈ ਇੱਕ ਸਾਈਡ ਹਰਮਨ ਧੂਰੀ ਦਾ ਕਮਾਨਾ ਦਾ ਸੁਖੀ ਤੇ ਦੂਸਰੀ ਸਾਈਡ ਬਾਗੇ ਦਾ ਪੁੱਤਰ ਤੇ ਨਾਲ ਬੱਬੂ ਭਾਈ ਰੁਪੇ ਪਿੰਡ ਦਾ ਤੇ ਗੱਲਾਂ ਐਨ ਚੱਲਣਗੀਆਂ ਮੇਰੇ ਵੀਰੇ ਬਹੁਤ ਅਗਲਾ ਮੈਚ ਜੇ ਕਮੇਟੀ ਦਾ ਉਦੋਂ ਦਾ ਚੱਲਦੇ ਚੱਲਦੇ ਆ ਜਾਣ ਆ ਜਾਣਗੇ ਉਹ ਆ ਗਿਆ ਮਾਨ ਮਾਨ ਤਾਂ ਬਾਈ ਆ ਗਿਆ ਮਾਨ ਤਾਂ ਬਹੁਤ ਟਾਈਮ ਦਾ ਆਇਆ ਬੈਠਾ ਮਾਨ ਤਾਂ 10 ਵਜੇ ਆਏ ਬੈਠੇ ਨੇ ਮੰਨੇ ਹੋਰੀ ਸਾਰੀ ਟੀਮ ਖੇਡਿਆ ਸ਼ਾਟ ਮੇਰੇ ਵੀਰੋ ਇੱਕ ਸਕੋਰ ਜਿਹੜਾ ਹੋਰ ਜੁੜ ਚੁੱਕਿਆ ਸ਼ੇਰਪੁਰ ਦੇ ਮੇਲੇ ਤੇ ਰੌਣਕਾਂ ਲੱਗੀਆਂ ਅੱਜ ਦੇ ਦਿਨ ਮੇਰੇ ਵੀਰੋ ਕੱਲ ਨੂੰ 1 ਤਰੀਕ ਤੇ 1 ਤਰੀਕ ਨੂੰ ਫੈਸਲਾ 31,000 ਰੁਪਏ ਦਾ ਹੋਣਾ ਹੈ ਫੜੀ ਮੜਾ ਪਾਣੀ ਦਾ ਗਲਾਸ ਭਰ ਕੇ ਦੇ ਸਕਦਾ ਮਾਰਾਂ ਫੋਨ ਸਟਾਪ ਵਾਲੇ ਨੂੰ ਫੋਨ ਮਾਰਾਂ ਅਗਲੀ ਵਾਰ ਫੇਰ ਮੇਰੇ ਵੀਰੋ ਬੜੀ ਤਕੜੀ ਬਾਲ ਪਾਈ ਹੈ ਨਾਈ ਹੈ ਗੱਭਰੂ ਨੇ ਤੇ ਬਾਲ ਜਿਹੜੀ ਡਾਟ ਹੋ ਚੁੱਕੀ ਹੈ ਮੇਰੇ ਵੀਰੇ ਦੋਨੋਂ ਟੀਮਾਂ ਚੋਟੀ ਦੀਆਂ ਬਾਈ ਹੈਰੀ ਬੈਰੂ ਦਾ ਨੰਬਰ ਦੇ ਦਿਓ ਜੇ ਕਿਸੇ ਕੋਲ ਹੈ ਦੂਜੀ ਟੀਮ ਕਹਿੰਦੇ ਧਮੋਟ ਸੈਂਡ ਕਰ ਦਿਓ ਬਾਈ ਜੇ ਕਿਸੇ ਕੋਲ ਵੀ ਹੈਰੀ ਦਾ ਨੰਬਰ ਹੈਗਾ ਬੈਰੂ ਦਾ ਧਮੋਟ ਪਿੰਡ ਦੀ ਟੀਮ ਕਮੈਂਟਾਂ 'ਚ ਸੈਂਡ ਕਰੋ ਲੱਖਾਂ ਲੈ ਕੇ ਪੁੱਜਿਆ ਹੋਇਆ ਤੇ ਗੱਲਾਂ ਭਿੰਦੇ ਦੀਆਂ ਵੀ ਚੱਲਦੀਆਂ ਹੈ ਪਰ ਖੇਡ ਮੈਦਾਨ ਦੇ ਅੰਦਰ ਦੇਖੋ ਅਗਲੀ ਬਾਲ ਸੁੱਟੀ ਬਾਲ ਖੇਡਿਆ ਸ਼ਾਟ ਤੇ ਰਨ ਵੇਖਦੇ ਹੈ ਛੇ ਜਿਹੜੇ ਜੁੜ ਗਏ ਹੈ ਮੇਰੇ ਵੀਰੋ ਹੈਲੋ ਵੀਰ ਜੀ ਅਗਲਾ ਮੈਚ ਸ਼ੇਰਪੁਰ ਤੇ ਅਕਲੀਆ
ਇਸ ਤੋਂ ਬਾਅਦ ਮਾਝੀ ਤੇ ਕੋਟੜੇ ਕੋਟ ਦੀਆਂ ਟੀਮਾਂ, ਖਾਸ ਕਰਕੇ ਮਾਝੀ ਦੀ ਟੀਮ ਸੁਣ ਲੈ ਵੀਰੇ, ਇਸ ਤੋਂ ਬਾਅਦ ਟੀਮ ਮਾਝੀ ਦੀ ਕੱਟ ਦਿਆਂਗੇ ਜੇ ਟੀਮ ਮਾਝੀ ਦੀ ਨਾ ਆਈ ਤਾਂ। ਕੰਨੂ ਨਾਲ ਹੋ ਗਈ ਬਈ ਮੇਰੀ ਗੱਲ, ਕੰਨੂ ਪਹੁੰਚਣ ਵਾਲਾ, ਬੇਨਤੀ ਆ ਬਈ ਇੱਕ ਮੈਚ ਦੇ ਦਿੱਤਾ ਸਾਨੂੰ, ਉਸ ਤੋਂ ਬਾਅਦ ਮਾਝੀ ਤੇ ਕੋਟੜਾ ਕੋਟ ਦਾ ਮੈਚ ਹੋਊਗਾ ਵੀਰੇ। ਨਿਹਾਜ ਗਰਾਊਂਡ ਤੋਂ ਬਾਹਰ ਆ, ਗਰਾਊਂਡ ਦੇ ਵਿੱਚ ਕੋਈ ਲਿਹਾਜ਼ ਨਹੀਂ। ਹਾਂਜੀ ਲੱਖੀ ਲਹਿਰਾ, ਲੱਖੀ ਲਹਿਰਾ ਲਓ ਰਾਣੇ, ਛੇ ਜਿਹੜੇ ਜੁੜ ਗਿਆ ਤੇ ਤਿੰਨ ਓਵਰ ਕਿੰਨੇ ਸਕੋਰ ਹੋ ਗਿਆ ਬਾਈ? ਓ ਬਾਬੇ ਆ ਮੈਸੇਜ ਕੀ ਆਈ ਜਾਂਦੇ ਨੇ, ਆਰਡਰ ਆਈ ਜਾਂਦੇ ਨੇ ਮੈਨੂੰ ਮੈਸੇਜ, ਸ਼ੇਰਪੁਰ ਦਾ ਮੇਲਾ ਜਿਹੜੇ ਸੰਗਰੂਰ ਦਾ, ਸੰਗਰੂਰ ਟੂਰਨਾਮੈਂਟ ਲਾਈਵ ਦਿਖਾਇਆ ਜਾ ਰਿਹਾ ਹੈ। ਅਗਲਾ ਮੈਚ ਸ਼ੇਰਪੁਰ ਤੇ ਅਕਲੀਏ ਦਾ, ਉਸ ਤੋਂ ਬਾਅਦ ਕੋਟੜਾ ਕੋੜਾ ਤੇ ਮਾਝੀ ਦਾ ਖੰਡਾ ਖੜਕਣਾ ਮੇਰੇ ਵੀਰੋ। ਕੋਟੜਾ ਕੋੜਾ ਤੇ ਮਾਝੀ ਤੋਂ ਮੰਨੀਆਂ ਤੇ ਪਰਮੰਨੀਆਂ ਟੀਮਾਂ ਖੜਕਦੀਆਂ। ਇੱਕ ਸਾਈਡ ਉਹ ਹੈ ਜਿਹਦੀ ਕਹਿੰਦੇ ਦੁਨੀਆਂ ਸਭ ਤੋਂ ਵੱਧ ਦੀਵਾਨੀ ਹੈ, ਦੀਵਾਨੀ ਉਹਦੀ ਖੇਡ ਦੀ ਵੀ ਹੈ, ਉਹਦੇ ਨੇਚਰ ਦੀ ਵੀ ਹੈ, ਵੀ ਕੋਟੜੇ ਕੋੜੇ ਵਾਲਾ ਮਾਣ ਆਹੀ ਮਸ਼ੀਨਾਂ ਦਾ ਸ਼ੋਰੂਮ ਮੇਰੇ ਵੀਰੋ। ਪਹਿਲਾਂ ਜਗਦੀਪ ਸਿੰਘ ਦੀਆਂ ਹੋਣਗੀਆਂ ਪੁੱਜਿਆ ਹੋਇਆ ਤੇ ਦੂਸਰੀ ਸਾਈਡ ਟੀਮ ਕਹਿੰਦੇ ਮਾਝੀ ਦੀ ਪੁੱਜੇਗੀ ਮੇਰੇ ਵੀਰੋ। ਪਰ ਖੇਡ ਮੈਦਾਨ ਦੇ ਅੰਦਰ ਜੁੱਤਾ ਧਮੋਟ ਵਾਲਾ ਲਾਸਟ ਓਵਰ ਦੀ ਫਾਲ ਪਾਉਣ ਦੇ ਲਈ ਤਿਆਰ ਹੈ, ਲੇਡੀ ਛੰਨਾ ਵਾਲਿਆ ਇੱਕ ਅੱਧਾ ਟਕਾਣੀ ਲੱਗ ਜਾਵੇ ਨੌਜਵਾਨ ਤੇ ਦੇਖਦੇ ਹਾਂ ਇੱਕ ਸਕੋਰ ਜਿਹੜਾ ਹੋਰ ਜੁੜ ਚੁੱਕਿਆ ਹੈ। ਉਧਰ ਕਹਿੰਦੇ ਪਵਾਨ ਆਇਆ ਪੱਲੋਗੇ ਵਾਲਾ ਜੱਸੇ ਦਾ ਯਾਰ ਵੀ ਸਾਨੂੰ ਫਕਰ ਦੋਸਤਾਂ ਦੇ ਹੁਣ ਜਾਰੀ ਸਾਡੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ, ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ। ਯਾਰਾਂ ਦਾ ਮੇਲਾ ਜੇ ਖੇਡਾ ਜਾ ਰਿਹਾ ਹੈ ਸ਼ੇਰਪੁਰ ਦੀ ਧਰਤੀ ਦੇ ਮੇਰੇ ਵੀਰੋ, ਖੇਡਿਆ ਸ਼ਾਟ ਹੈ ਅਗਲੇ ਜਿਹੜਾ ਹੋਰ ਖੇਡਦਾ ਹੋਇਆ ਛੰਨਾ ਦੀ ਟੀਮ ਦੇ ਲਈ, ਦੇਖਦੇ ਹਾਂ ਵੀ ਕਿੰਨੇ ਰਨਾਂ ਦਾ ਟਾਰਗੇਟ ਸੈੱਟ ਕਰਦੀ ਹੈ ਛੰਨਾ ਦੀ ਟੀਮ। ਬਚੀਆਂ ਗਈਆਂ ਤਿੰਨ ਚਾਰ ਗੇਂਦਾਂ ਦੇ ਵਿੱਚ ਬਈ ਇੱਕ ਅੱਧਾ ਛੱਕਾ ਲਾਜ਼ਮੀ ਬਣ ਗਿਆ ਛੰਨਾ ਵਾਲਿਓ, ਇੱਕ ਅੱਧਾ ਛੱਕਾ ਲਾਜ਼ਮੀ ਬਣ ਗਿਆ ਨੌਜਵਾਨ ਦਾ। ਠੀਕ ਹੈ ਬਈ ਕਹਿ ਦਾਂਗੇ ਹਰਮਨ ਨੂੰ। ਅਗਲੀ ਬਾਲ ਫਿਰ ਛੰਨਾ ਵਾਲਿਆ ਫੜ ਲੈ ਤਿਆਰੀ, ਛੰਨਾ ਵਾਲਿਆ ਫੜ ਲੈ ਤਿਆਰੀ, ਖੇਡਿਆ ਸ਼ੋਰ ਦੇ ਥੱਲੇ ਕਹਿੰਦੇ ਕੌਣ ਚੌਕਲੇਟੀ ਫਲਾਈ ਕ੍ਰਿਕਟ ਦਾ ਬੱਲੂਕੇ ਦਾ ਦੀਵਾਨ ਰਾਜਪੂਤ ਪਰਿਵਾਰ ਦਾ ਮੇਰੇ ਵੀਰ, ਬੜਾ ਸੋਹਣਾ ਕੈਚ ਫੜਦਾ ਨਵੀਂ ਲੱਡੂ ਆਵੇ ਨੌਜਵਾਨਾਂ ਭੱਜ ਕੇ। ਦੇਖ ਲਓ ਬਈ ਗਰਾਊਂਡ ਦੇਖ ਲਓ, ਕੰਨੂ ਆ ਗਿਆ ਮੈਂ ਉਹ ਹਾਂਡਾ ਸਿਟੀ ਕੰਨੂ ਦੀ ਸੱਚ। ਸ਼ੇਰਪੁਰ ਦੀ ਬਾਲ ਹੈ, ਕੰਨੂ ਆ ਗਿਆ ਬਾਈ, ਉਹ ਕੌਣ ਆ ਗਿਆ ਕਤਾੜੀ ਮਾਰਦੇ ਲੱਡੂ ਆ ਗਿਆ ਬਾਈ, ਉਹ ਛੱਕੇ ਮਰ ਗਿਆ। ਬਲਵੀਰ ਕਹਿੰਦਾ ਵੀ 100 ਰੁਪਈਆ ਦਿੱਤਾ ਜਾਣਾ ਹੈ, ਫਿਰ ਤਾਂ ਸਾਡਾ ਵੀਰ ਸਟੇਜ ਤੇ ਪੁੱਜੇਗਾ ਜਲਦੀ ਤੋਂ ਪਹਿਲਾਂ, ਫਿਰ ਤਾਂ ਸਾਡਾ ਵੀਰ ਹੁਣ ਵੀ ਕਮੈਂਟਰਾਂ ਨੂੰ ਪਤਾ ਕਿੰਨੇ ਹੋ ਗਏ ਯਾਰ। ਲਓ ਸਾਹਮਣੇ ਅਗਲੀ ਬਾਲ ਫਿਰ ਸੁੱਟੀ ਬਾਲ ਤੇ ਬਾਲ ਜਿਹੜੀ ਨੋ ਹੋ ਚੁੱਕੀ ਹੈ, ਇੱਕ ਰਨ ਹੋਰ ਐਕਸਟਰਾ ਦੇ ਰੂਪ ਦੇ ਵਿੱਚ ਜੁੜ ਚੁੱਕਿਆ ਹੈ ਜੀ। ਹਰਮੇਲ ਮੇਲੀ ਸਾਡਾ ਵੀਰ, ਉਸ ਵੀਰ ਦਾ ਵੀ ਆਪਾਂ ਬਹੁਤ ਵੱਡਾ ਧੰਨਵਾਦ ਕਰਾਂਗੇ ਜਿਹਨੇ ਅੰਪਾਇਰ ਦੀਆਂ ਸਲਾਮਾਂ ਦਿੱਤੀਆਂ, ਜਿਹਨੇ ਵੀ ਵੀਰ ਹੈ ਸ਼ਹੀਦ ਭਗਤ ਸਿੰਘ ਕਲੱਬ ਦੇ, ਆਪਾਂ ਸਾਰਿਆਂ ਦੀ ਧੰਨਵਾਦ ਕਰਾਂਗੇ। ਸ਼ਹੀਦੋਂ ਕੀ ਚਿਤਾਓਂ ਪਰ ਲਗੇਗੇ ਹਰ ਵਰਸ਼ ਮੇਲੇ, ਵਤਨ ਪਰ ਮਿਟਨੇ ਵਾਲੋਗਾ ਜਿਹੀ ਆਖਰੀ ਨਿਸ਼ਾਨ ਹੋਗਾ, ਵਤਨ ਪਰ ਮਿਟਨੇ ਵਾਲੋਗਾ ਜਿਹੀ ਆਖਰੀ ਨਿਸ਼ਾਨ ਹੋਗਾ। ਰੌਣਕਾਂ ਲੱਗੀਆਂ, ਅੰਬਰ ਆ ਗਿਆ ਬਈ, ਹਾਂ ਅੰਬਰ ਤੜਕੇ ਦਾ ਜੰਟਾਂ ਮੇਰੇ ਵੀਰੇ ਛੰਨਾ ਵਾਲਾ, ਛੰਨਾ ਵਾਲਿਆ ਤੂੰ ਬੜਾ ਤਕੜਾ ਹੌਸਲੇ ਰੱਖੀ ਦੇ ਆ ਨੌਜਵਾਨਾਂ, ਇੱਕ ਛੱਕਾ ਵੱਜ ਗਿਆ ਤੇ ਜੇ ਕੋਈ ਹੋਰ ਵੱਜ ਜੇ ਤੇ ਸਵਾਦ ਹੀ ਆ ਜਾਣਾ ਨੌਜਵਾਨਾਂ।
ਹਣ ਪਿਆਂ ਦੇ ਏੜ ਗੇੜ ਹੋ ਜਾਣਗੇ ਜੇ ਇੱਕ ਛੱਕਾ ਹੋਰ ਮਾਰੇ ਸਵਾਦ ਫਿਰ 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 ਉਹਨਾਂ ਦੇ ਰਣ ਵੇਖਦੇ ਆ ਵੀ ਚਾਰ ਜਿਹੜੇ ਜੁੜ ਚੁੱਕੇ ਆ ਹਣ ਚਾਰ ਦਾ ਜਿਹੜਾ ਵਾਧਾ ਹੋ ਗਿਆ ਮਾਝੀ ਦੀ ਟੀਮ ਦੋ ਪਹਿਲਾਂ ਤੀਹ ਪੱਕੀ ਮਾਝੀ ਦੀ ਟੀਮ ਨੂੰ ਦੋ ਪਹਿਲਾਂ ਤੀਹ ਪੱਕੀ ਲੱਗ ਚੁੱਕੀ ਆ ਲਾਈ ਵਾਲੇ ਵੀਰੇ ਤੇਰੇ ਨੰਬਰ ਸੈਂਡ ਕਰੀ ਨੰਬਰ ਬਾਈ ਇੱਕ ਮਿੰਟ ਯਾਰ ਨੰਬਰ ਲਿਖਾ 90 ਤੋਂ ਪਹਿਲੇ ਅਗਲਾ ਮੈਚ ਆਇਆ ਕੋਠੇ ਕੋਈ ਵੀ ਬਵੰਜਾ ਦਾ ਟਾਰਗੇਟ ਹੈ ਚੰਨਣ ਵਾਲੀਆਂ ਬਵੰਜਾ ਬਹੁਤ ਹੁੰਦੇ ਆ ਨੌਜਵਾਨ ਪਰ ਕਹਿੰਦੇ ਪਿਛਲੇ ਦਿਨ 146 ਰਨਾਂ ਦੀ ਪਾਰਟਨਰਸ਼ਿਪ ਹੋਈ ਹੈ ਸੈਮੀ ਫਾਈਨਲ ਮੈਚ ਦੇ ਵਿੱਚ ਸੰਗਵਾਲ ਦੇ ਮੇਲੇ ਦੇ ਉਹ ਦੋਨੇ ਓਪਨਰ ਆਉਣਗੇ ਇੱਕ ਕਹਿੰਦੇ ਬੱਲੋਗੇ ਦਾ ਦਬਾਣ ਤੇ ਦੂਜਾ ਕਹਿੰਦੇ ਜੋਧਾ ਵਾਲਾ ਖੱਗੀ ਕਿਉਂ ਆਉਂਦੀ ਆ ਗਰਮੀ ਅਗਲੇ ਮੈਚ ਹੋਰ ਮੈਂ ਬਾਜੀ ਬਾਈ ਵੀਡੀਓ ਰੋਕ ਰਹੀ ਹੈ ਇਹ ਤਾਂ ਨਹੀਂ ਹੋ ਸਕਦਾ ਵੀਡੀਓ ਰੋਕ ਰਹੀ ਯਾਰ ਲਹਿਰੇ ਕਦੇ ਲਹਿਰੇ ਬਾਈ 12 ਤਰੀਕ ਨੂੰ ਲਹਿਰੇ ਲਾਸਟ ਨਾ ਬਾਈ ਨੰਬਰ ਹੈ ਨਹੀਂ ਅਗਲਾ ਮੈਚ ਬਾਈ ਸੁੱਖੀ ਕਮਾਉਂਦਾ ਮਾਝੀ ਵਾਲੇ ਆ ਜਾਓ ਯਾਰ ਵੀਰੇ ਮਾਝੀ ਵਾਲੇ ਯਾਰ ਉਹ ਵੀ ਬੰਦੇ ਆ ਜਿਹੜੇ ਤੜਕੇ ਦੇ ਆਏ ਬੈਠੇ ਆ ਤੇ ਆਪਾਂ ਦੇਖਦੇ ਸਮਾਂ ਸਮਾਂ ਦੱਸੀ ਕਿੰਨਾ ਹੋ ਗਿਆ ਨਿਕਲੋ ਗੱਡੀਆਂ ਚੋਂ ਐਂ ਗੱਲ ਨੀ ਬਾਨੀ ਤੇ ਪਾਸਾ ਕਰਨਾ ਨੀ ਪੈਣਾ ਬੋਲਾਂ ਕੱਟਦੀਆਂ ਕੌਣ ਉਡੀ ਅਗਲਾ ਮੈਚ ਪਤਾ ਨੀ ਟੀਮ ਤਾਂ ਆ ਗਈ ਯਾਰ ਮੈਨੂੰ ਮਾਝੀ ਦੀ ਟੀਮ ਨਹੀਂ ਪਲੇਅਰ ਨਹੀਂ ਆਏ ਸੁਣ ਕੇ ਪਲੇਅਰ ਵੀ ਮੈਨੂੰ ਲੱਗਦਾ ਕੰਨੂ ਦਾ ਆ ਗਿਆ ਉਹ ਖੜੀ ਗੱਡੀ ਉਹਦੀ ਕਾਕਾ ਰੋਂ ਭਰਾ ਤੈਨੂੰ ਲੈ ਜਾਊ ਵੀਰੇ ਕੱਲ ਨੂੰ ਕੱਲ ਜਿਹੜੀਆਂ ਟੀਮਾਂ ਤੂੰ ਨਿਕਲੀਆਂ ਖੜ ਗਿਆ ਇੱਕ ਧੂਰੀ ਵਾਰਡ ਇੱਕ ਧਨੌਲੇ ਦੀ ਇੱਕ ਤੇ ਡਾਕਟਰ ਬਠਿੰਡਾ ਤੇ ਗੋਲਡੀ ਕੈਂਪਰ ਤੇ ਦੂਜੀ ਟੀਮ ਦੇ ਵਿੱਚ ਰਿਸ਼ੀ ਧੂਰੀ ਤੇ ਬੀਨ ਸਹਾਰ ਦਾ ਮੱਚਰ ਇੱਕ ਗੱਲ ਮੈਂ ਹੋਰ ਦੱਸਾਂ ਮਾਨ ਤੜਕੇ ਦਾ ਆ ਬੈਠਾ ਬਈ 8 ਵਜੇ ਦਾ ਬੰਦੇ ਨੇ ਇੱਕ ਵਾਰੀ ਆ ਕੇ ਕਮੇਟੀ ਨੂੰ ਐ ਨਹੀਂ ਕਿਹਾ ਵੀ ਫਲਾਨੀ ਟੀਮ ਨੂੰ ਸੱਦੋ ਤੇ ਸਾਡਾ ਮੈਚ ਹੈ ਇਹ ਬੰਦੇ ਵੀ ਇਸ ਚੀਜ਼ ਕਰਕੇ ਦੁਨੀਆ ਵੱਧ ਦਵਾਨੀਆਂ ਕਿ ਤਾੜੀ ਮਾਰੇ ਕੋਠੜੇ ਵਾਲੇ ਮਾਂ ਦੇ ਨਾਲ ਤੜਕੇ ਦਾ ਬੰਦਾ ਤੜਕੇ ਦਾ
ਬਾਣ ਦਾ ਤੜਕੇ ਦਾ ਬੈਠਿਆ ਬਾਈ ਛੱਕੇ ਤੇਰੇ ਦੇਖਣੇ ਕਮਾਮੀ ਹੰਟਰ ਛੱਕੇ ਤੇਰੇ ਦੇਖਣੇ ਪੰਜ ਪੰਜ ਸੌ ਦੇ ਨੋਟ ਲੱਗਣਗੇ ਹਰ ਇੱਕ ਛੱਕੇ ਤੇ ਮੇਰੀ ਵੀਰੀ ਲਓ ਲੱਖੀ ਲਹਿਰਾ ਜੀ ਕਰਨਗੇ ਪੰਜਾਬ ਦੇ ਮਹਾਨ ਬੁਲਾਰੇ ਗੱਲ ਵੀਰੇ ਸ਼ੇਅਰ ਕਰਦੇ ਮੈਚ ਜੀ ਲੋ ਬੜਾ ਤਗੜਾ ਮੈਚ ਸ਼ੁਰੂ ਹੋਣ ਜਾ ਰਿਹਾ ਮੇਰੇ ਵੀਰੇ ਤੁਸੀਂ ਇਹਨਾਂ ਬੋਲਾਂ ਦੇ ਦਿਓ ਵੀਰੇ ਗਰਾਊਂਡ ਦੇ ਵਿੱਚ ਆਪਾਂ ਥੋੜੀ ਜ਼ਿੰਮੇਵਾਰੀ ਸਾਂਭੀਏ ਮੇਰੀ ਬੇਨਤੀ ਹੈ ਵੀ ਸੋਨੂੰ ਇੱਧਰ ਉਸਤਾਜ ਵਾਲਾ ਸਾਡਾ ਵੀਰ ਜਿਹਦੇ ਸਾਡੇ ਤੇ ਟੀਮਾਂ ਆਈਆਂ ਸਾਰੀਆਂ ਟੀਮਾਂ ਦਾ ਸੋਨੂੰ ਕਹਿੰਦਾ ਮੇਰੇ ਵੱਲੋਂ ਧੰਨਵਾਦ ਕਰਦੀ ਜਿਹੜੇ ਨਹੀਂ ਆਏ ਉਹਨਾਂ ਦਾ ਵੱਡਾ ਧੰਨਵਾਦ ਹੈ ਤੇ ਜਿਹੜੇ ਲੇਟ ਆਏ ਉਹਨਾਂ ਦਾ ਵੀ ਧੰਨਵਾਦ ਹੈ ਵਧੀਆ ਸੁਨੀਪ ਸੋਨੂੰ ਕਹਿੰਦਾ ਸਾਰਿਆਂ ਦੀ ਧੰਨਵਾਦ ਕਰਾਂਗੇ ਕੀ ਹਾਲ ਨੇ ਉਹ ਖੇਡਦੇ ਮੈਦਾਨ ਦੇ ਅੰਦਰ ਚੌਕਲੇਟੀ ਬੁਲਾਏ ਮੇਰੇ ਵੀਰੇ ਕ੍ਰਿਕਟ ਦੀ ਖੇਡਦਾ ਪੱਲੋਕੇ ਦਾ ਕਵਾਨ ਮੇਰੇ ਪੰਜਾਬੀ ਵੀਰੇ ਤੇ ਚੰਨਣਵਾਲ ਦੀ ਧਰਤੀ ਦਾ ਸੋਨਾ ਦੋ ਕ੍ਰਿਕਟ ਦੇ ਵੱਡੇ ਮੱਲਾਂ ਦੀ ਟੱਕਰ ਖੇਡਦੇ ਮੈਦਾਨ ਦੇ ਅੰਦਰ ਮੇਰੇ ਪੰਜਾਬੀ ਵੀਰੇ ਚੰਨਣਵਾਲ ਦਾ ਸੋਨਾ ਕਾਸਕੋ ਕ੍ਰਿਕਟ ਦਾ ਕਹਿੰਦੇ ਵੱਡਾ ਖਿਡਾਰੀ ਕ੍ਰਿਕਟ ਦਾ ਮਹਾਰਥੀ ਖਿਡਾਰੀ ਮੇਰੇ ਵੀਰੇ ਬਾਲ ਬਾਲ ਦੇ ਲਈ ਤਿਆਰ ਹੈ ਪੱਲੋਕੇ ਵਾਲੇ ਵੀ ਬੜੀ ਚੜ੍ਹਦਾ ਬੜੀ ਚੜ੍ਹਾਈ ਹੈ ਮੇਰੇ ਵੀਰੇ ਪੱਲੋਕੇ ਦਾ ਕਮਾਨ ਪੱਲੋਕੇ ਦਾ ਕਮਾਨ ਰਾਜਪੂਤ ਪਰਿਵਾਰ ਦਾ ਖੇਡ ਮੈਦਾਨ ਦੇ ਅੰਦਰ ਪਹਿਲੀ ਬਾਲ ਦਾ ਸਾਹਮਣਾ ਕਰਦੇ ਲਈ ਤਿਆਰ ਵੀ ਜਿਹੜਾ ਤੀਰ ਨਿਸ਼ਾਨੇ ਉਹ ਖੁੰਝ ਦੇ ਉਹ ਕਾਹਦਾ ਹੈ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰਦੇ ਬਾਅਦ ਅਗਲਾ ਮੈਚ ਹੈ ਬਾਈ ਹਰਮਨ ਦੇ ਸੁੱਖੀ ਇਕੱਠੇ ਖੇਡਣਗੇ ਕਮੇਟੀ ਦੇ ਵਿੱਚ ਪੱਲੋਕੇ ਦਾ ਕਮਾਨ ਸ਼ੇਅਰ ਕਰ ਦਿਓ ਬਾਈ ਦੱਬ ਕੇ ਅਗਲੇ ਮੈਚ ਚੰਨਣ ਵਾਲੀਆਂ ਦਾ ਕੰਡਾ ਕੱਢਣਾ ਹੀ ਪੈਣਾ ਹੈ ਕੰਡਾ ਕੱਢਣਾ ਪੈਣਾ ਹੈ ਆਖੀ ਆ ਛੱਕੇ ਆਖੀ ਆ ਛੱਕੇ ਆਖੀ ਆ ਖੇਡਿਆ ਸ਼ਾਰ ਦੇ ਇੱਕ ਸਕੋਰ ਜਿਹੜਾ ਜੁੜ ਚੁੱਕਿਆ ਹੈ ਇੱਕ ਸਕੋਰ ਜੁੜ ਗਿਆ ਲੈਫਟ ਹੀ ਆ ਗਿਆ ਬਾਲ ਮਾਰ ਗਿਆ ਲਓ ਸਾਹਮਣੇ ਅਗਲੀ ਬਾਲ ਫਿਰ ਮੇਰੇ ਪੰਜਾਬੀ ਵੀਰੋ ਨਾ ਹੀ ਇਹਨੇ ਕਵਰੂ ਚੰਨਣਵਾਲ ਦੀ ਧਰਤੀ ਦਾ ਸੋਨਾ ਜ਼ਿਲ੍ਹੇ ਬਰਨਾਲੇ ਦਾ ਜ਼ਿਲ੍ਹੇ ਬਰਨਾਲੇ ਦੀ ਸਮੇਂ ਸਮੇਂ ਤੇ ਪੱਟੀ ਦੇ ਰਹੀ ਹੈ ਮੇਰੇ ਵੀਰੋ ਖਿਡਾਰੀਆਂ ਦੇ ਖੇਤਰ ਦੇ ਵਿੱਚ ਹੋਵੇ ਸਾਹਿਤਕਾਰਾਂ ਦੇ ਖੇਤਰ ਦੇ ਵਿੱਚ ਹੋਵੇ ਮੇਰੇ ਵੀਰੋ ਖੇਡ ਮੈਦਾਨ ਦੇ ਅੰਦਰ ਵੇਖੋ ਚੰਨਣ ਵਾਲੀ ਆ ਫਿਰ ਤਿਆਰ ਅਗਰ ਤਿਆਰ ਹੈ ਮੇਰੇ ਪੰਜਾਬੀ ਵੀਰੋ ਕੀ ਉਹਦਾ ਵਾਲੇ ਦੀ ਚੜ੍ਹਾਈ ਹੈ ਤੇ ਨਾ ਹੀ ਇਹਨੇ ਕਵਰੋ ਘਰੇ ਆਲ ਪਰਿਵਾਰ ਦਾ ਖੇਡ ਮੈਦਾਨ ਦੇ ਅੰਦਰ ਗੱਲ ਕਿਹੋ ਜੀ ਗੱਲ ਚੰਨਣ ਵਾਲੀਆਂ ਨੇ ਬਾਲ ਮਾਰੀਆਂ ਚੋਟਾਂ ਵਾਲੇ ਨੇ ਬੰਦਾ ਚਾਰ ਵਾਰੀ ਥੱਲੇ ਮਾਰਿਆ ਫੜ ਤਿਆਰੀ ਚੋਟਾਂ ਵਾਲਾ ਤੇ ਖੇਡਿਆ ਸ਼ਾਟ ਭੱਜ 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 ਰਨ ਚਾਰ ਜਿਹੜੇ ਜੁੜ ਗਏ ਬੁਰਜ ਮਾਨਸਾ ਦੀ ਟੀਮ ਹੈਪੀ ਹੋਣੀ ਆਏ ਆ ਬੱਬੂ ਸਾਡਾ ਵੀਰ ਕਹਿੰਦੇ ਐਨ ਟੀਮ ਸਾਡਾ ਵੀਰ ਬੁਰਜ ਮਾਨਸਾ ਵਾਲਾ ਹੈ ਤੇ ਨਾਲ ਮੋਟਾ ਭਾਗੀ ਬੰਦਰ ਦਾ ਤੇ ਡਿਗਰੀ ਨਸੀਬਰੇ ਦਾ ਇਹਨਾਂ ਵੀਰਾਂ ਦਾ ਬਾਟੂ ਹੋਣਾ ਦਾ ਮਨੀ ਹੋਣਾ ਦਾ ਧੰਨਵਾਦ ਧੂਰੀ ਵਾਲਿਆ ਤੇਰੀ ਉਡੀਕ ਆ ਹਰਮਨ ਓਏ ਤੇਰੀ ਉਡੀਕ ਆ ਕਿੱਥੇ ਆ ਬਾਈ ਕਮੈਂਟਰੀ ਦੀ ਬਾਤ ਸਹੀ ਆ ਰਿਹਾ ਦੱਸਿਓ ਕਮੈਂਟਰੀ ਦੀ ਬਾਤ ਸਮਝ ਆ ਰਹੀ ਨਹੀਂ ਕੱਲੇ ਫੱਟੇ ਚੱਕ ਦੋ ਐਡੀ ਕਿਹੜੀ ਗੱਲ ਹੈ ਹਰ ਇੱਕ ਮਸਲੇ ਦਾ ਹੱਲ ਹੈ ਕਮਾਮਾ ਵਾਲਾ ਕਹਿੰਦਾ ਐਵੇਂ ਨੀ ਘੜੀ ਛਪਾਈ ਕਿਸੇ ਗੱਲ ਨੂੰ ਛਪਾਈ ਹੈ ਐਵੇਂ ਨੀ ਸੋਨੇ ਦਾ ਦੰਦ ਲਾਇਆ ਕਿਸੇ ਗੱਲ ਨੂੰ ਲਵਾਇਆ ਰਨ ਛੇ ਇੱਕ ਓਵਰ ਕਿੰਨੇ ਹੋ ਗਏ ਬਾਈ ਸਤਾਰਾਂ ਇੱਧਰ ਚੌਂਤੀ ਦਾ ਕਹਿੰਦੇ ਫੈਨ ਹੈ ਪਰ ਹਰਖ ਹਰਖ ਕੇ ਬੋਲਦਾ ਕਿਉਂ ਬੋਲਦਾ ਇਹ ਬਾਹਲਿਆਂ ਨੂੰ ਪਤਾ ਇਹ ਬਾਹਲਿਆਂ ਨੂੰ ਪਤਾ ਕਿ ਹੋਈ ਹੈ ਨਾ ਜਿਹੜੀ ਉਹਦੇ ਕਰਕੇ ਗੁੱਸਾ ਕਰਦਾ ਹੈ ਲਓ ਹੋ ਗਏ ਸਤਾਰਾਂ ਮੇਰੇ ਵੀਰੋ ਦੂਜੇ ਓਵਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਖੇਡ ਮੈਦਾਨ ਦੇ ਅੰਦਰ ਉਧਰ ਭਗਵਾਨਪੁਰੇ ਦੀ ਸਾਰੀ ਟੀਮ ਦਾ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਸਨਮਾਨ ਕਰਨਾ ਜਿਸ ਟੂਰਨਾਮੈਂਟ ਦੇ ਸਾਡੇ
ਉਹਨਾਂ ਵੀਰਾਂ ਦਾ ਤੇ ਬਹੁਤ ਵੱਡਾ ਧੰਨਵਾਦ ਹੈ ਭਗਵਾਨ ਪ੍ਰੇਮ ਛੰਨਾ ਵਾਲਾ ਖਬਰ ਤਾਰਿਆਂ ਵਾਲ ਫੜ ਲਓ ਇਹ ਜੇ ਫੜੀ ਦਾ ਮੁੰਡਾ ਫੜ ਲਓ ਇਹ ਜੇ ਫੜੀ ਦਾ ਮੁੰਡਾ ਬੱਲੋ ਕੇ ਦਾ ਤਵਾਰ ਤੇ ਕਸਕੋਰ ਕੇ ਦਾ ਹੋਰ ਜੁੜ ਚੁੱਕੇ ਹੈ ਰਹਿ ਗਏ ਪਿੱਛੇ 34 ਮੇਰੇ ਵੀਰੋ 34 ਰਨ ਬਾਕੀ ਹੈ 17 ਬਾਲਾਂ ਦੇ ਵਿੱਚ ਹਰਬੰਸ ਸਿੱਧੂ ਕਹਿੰਦਾ ਸੋਨੋ ਕਹਿੰਦਾ ਆਪਾਂ ਤੈਨੂੰ ਫਰਿੱਜ ਦੇਵਾਂਗੇ ਕਹਿੰਦਾ ਆਪਾਂ ਤੈਨੂੰ ਫਰਿੱਜ ਦੇਵਾਂਗੇ ਖੇਡਿਆ ਸ਼ਾਟ ਖੇਡ ਮੈਦਾਨ ਦੇ ਅੰਦਰ ਦੇ ਰਾਣੀ ਚਾਰ ਜਿਹੜੇ ਜੁੜ ਗਏ ਆ ਉਧਰ ਕਹਿੰਦੇ ਉਹ ਆ ਗਿਆ ਜਿਹੜਾ ਲਿਖਦਾ ਫੇਸਬੁੱਕ ਤੇ ਵੀ ਭੁੱਲਰਾਂ ਦਾ ਮੁੰਡਾ ਤੇ ਭੁੱਲਰਾਂ ਦਾ ਮੁੰਡਾ ਵੀ ਆ ਗਿਆ ਫੇਸਬੁੱਕ ਤੇ ਕੱਲ ਫੋਟੋ ਪਾਈ ਆ ਭੁੱਲਰਾਂ ਦਾ ਮੁੰਡਾ ਲਿਖ ਕੇ ਹਰਮਨ ਵੀ ਆ ਗਿਆ ਧੂਰੀ ਵਾਲਾ ਮੇਰੇ ਵੀਰੋ ਜਿਹੜਾ ਕਹਿੰਦੇ ਕਮਾਲ ਦਾ ਖਿਡਾਰੀ ਹੈ ਤੇ ਗੱਲਾਂ ਐਨ ਜੱਗ ਜਹਾਨ ਦੇ ਵਿੱਚ ਚੱਲਦੀਆਂ ਤਿਆਰ ਹੈ ਤੇ ਜੋਟਾਂ ਵਾਲੇ ਨੇ ਕਮਾਲ ਹੀ ਕਰ ਦਿੱਤੀ ਹੈ ਕਾਸਕੋ ਕ੍ਰਿਕਟ ਦਾ ਡੇਵਿਡ ਪਾਰਨਰ ਹੈ ਮੇਰੇ ਵੀਰੋ ਕਾਸਕੋ ਕ੍ਰਿਕਟ ਦਾ ਡੇਵਿਡ ਪਾਰਨਰ ਕਿੰਨੇ ਹੋ ਗਏ ਬਾਈ ਸੁੱਖੀ ਕਮਾਨ ਦੇ ਲਗਾਤਾਰ ਤਿੰਨ ਛੱਕਿਆਂ ਦੇ ਹੈਤੀ ਬਣੀ ਉਹ 200 ਰੁਪਈਆ ਹੋਵੇਗਾ ਮੇਰੇ ਵੀਰ ਖੇਡ ਮੈਦਾਨ ਦੇ ਅੰਦਰ ਵੇਖੋ ਖੇਡਾਂ ਸ਼ਾਂਤੀ ਰਨ ਇੱਕ ਜਿਹੜਾ ਛੁੱਟ ਗਿਆ ਆ ਗਿਆ ਬੱਲੂਕੇ ਦਾ ਤਵਾਨ ਛੰਨਾ ਦੀ ਟੀਮ ਵੀ ਸੋਹਣੇ ਲੱਗਦੇ ਗੁੰਦੇ ਹੋਏ ਸਰੀਰ ਜਵਾਨਾਂ ਦੇ ਜਿਹੜੇ ਪਾਸੋਂ ਲੰਘਣ ਚਰਚੇ ਹੋਣ ਤੂਫਾਨਾਂ ਦੇ ਜਿਹੜੇ ਪਾਸੋਂ ਲੰਘਣ ਚਰਚੇ ਹੋਣ ਤੂਫਾਨਾਂ ਦੇ ਜਿਹੜਾ ਇਸ ਟੂਰਨਾਮੈਂਟ ਦੇ ਮੈਨ ਆਫ ਦੀ ਸੀਰੀ ਰਵੇਗਾ ਸਤਾਜ ਦੇ ਟੂਰਨਾਮੈਂਟ ਦੇ ਸੋਨੂੰ ਸਤਾਜ ਦੇ ਬਣੀ ਉਹਦਾ ਵੱਡਾ ਸਨਮਾਨ ਸਰਪ੍ਰਾਈਜ਼ ਹੋਵੇਗਾ ਕੁਝ ਵੀ ਹੋ ਸਕਦਾ ਸੋਨੂੰ ਦਾ ਪਤਾ ਨਹੀਂ ਸਵਿਫਟ ਦੀਆਂ ਚਾਬੀਆਂ ਫੜਾ ਦੇ ਕੁਝ ਵੀ ਹੋ ਸਕਦਾ ਮੇਰੇ ਵੀਰ ਨੇ ਸਕੋਰ ਦੱਸੀ ਕਿਹੜਾ ਚੌਂਤੀ ਹੋਏ ਹੈ 18 ਰਨ ਬਾਕੀ ਹੈ ਮੇਰੇ ਵੀਰ ਸ਼ਾਹਪੁਰ ਦੀ ਧਰਤੀ ਦਾ ਨੌਜਵਾਨ ਇਹ ਐਨ ਗੱਲਾਂ ਹੋਣਗੀਆਂ ਮੇਰੇ ਵੀਰ ਭਗਵਾਨਪੁਰੇ ਦੀ ਟੀਮ ਦੇ ਲਈ ਪਰ ਵੇਖਦੇ ਹਾਂ ਛੰਨਾ ਵਾਲਾ ਬਾਲ ਪਾਉਣ ਦੇ ਲਈ ਤਿਆਰ ਹੈ 12 ਬਾਲਾਂ ਦੇ ਵਿੱਚ 18 ਰਨ ਜਿਹੜੇ ਬਾਕੀ ਹੈ ਮੈਚ ਜਿੱਤਣ ਦੇ ਲਈ ਬੱਲੇ 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 ਮੱਥਾ ਥੱਲੇ ਹੈ ਤੇ ਵਿਕਟ ਕਹਿੰਦੇ ਮਿਲ ਗਈ ਹੈ ਮੇਰੇ ਵੀਰ ਛੰਨਾ ਵਾਲਿਆਂ ਦੇ ਘੱਟ ਵੇਖ ਐ ਲੱਗਦਾ ਜਿਵੇਂ ਮੁੰਡੇ ਮਾਝੇ ਦੇ ਵਿੱਚੋਂ ਆਏ ਹੋਣ ਵੀ ਹੜ ਪੇ ਪਾਬਲਾ ਹੜ ਪੇ ਮੇਰਾ ਮਾਝੇ ਸਾਕਣਾ ਕਰਦੇ ਮਾਝੇ ਦੇ ਜੱਟ ਅੜਬ ਸੁਣੀ ਦੇ ਉੱਠਾਂ ਨੂੰ ਪਾਉਂਦੇ ਖਲਬੇ ਖਲਤਾ ਮਿੱਠੋ ਪਾਣੀ ਹੋੜੀ ਕਮਲੀ ਦੇਣਗੇ ਕਰਦੇ ਅਗਲਾ ਮੈਚ ਬਾਈ ਹਰਮਨ ਦਾ ਉਸ ਤੋਂ ਅਗਲਾ ਹੈਗਾ ਮਾਨ ਦੀ ਕੰਨੂ ਠੀਕ ਹੈ ਬਾਈ ਧਰਮਕੋਟਲੇ ਵੀ ਜੁੜੇ ਨੇ ਬਾਈ ਚੱਕੀ ਧਮੋੜੀਆ ਲਓ ਸਾਹਮਣੇ ਮੇਰੇ ਵੀਰ ਨਵੀਂ ਕਬਰ ਬਾਲ ਪਾਵੇਗਾ ਗੁਰਸੇਵਕ ਸਿੰਘ ਗਿੱਲ ਆ ਗਿਆ ਗੁਰਸੇਵਕ ਸਿੰਘ ਗਿੱਲ ਚਿੱਟੀ ਧਮੋੜ ਦੀ ਧਰਤੀ ਦਾ ਨਵੀਂ ਕਬਰ ਪੁੱਜ ਗਿਆ ਮੇਰੇ ਵੀਰ ਜੋਟਾਂ ਵਾਲਾ ਫਿਰ ਤਿਆਰ ਹੈ ਪਿਛਲੇ ਦਿਨ 21,000 ਰੁਪਈਆ ਜਿੱਤਿਆ ਨਵੀਂ ਕਬਰੋਂ ਨੇ ਤੇ ਐਨ ਗੱਲਾਂ ਹੁੰਦੀਆਂ ਕਹਿੰਦੇ ਸੰਗੋਆ ਦੇ ਮੇਲੇ ਤੇ ਗੱਲਾਂ ਹੋਈਆਂ ਕਹਿੰਦੀ ਜੋਟਾਂ ਵਾਲੇ ਦੀਆਂ ਜੱਸੇ ਦੇ ਨਾਲ ਯਾਰੀ ਹੈ ਯਾਰੀ ਵੀ ਐਨ ਪੱਕੀ ਹੈ ਮੇਰੇ ਵੀਰੋ
ਵੀ ਸੂਰ ਮੈਂ ਕਦੇ ਨਹੀਂ ਸਹਿ ਸਕਦਾ, ਦਰ ਤੋਂ ਮਿਲ ਗਿਆ ਹੈਰਾਂ ਨੂੰ, ਯੋਰੀ ਪਰਖੇ ਸੋਨੀ ਨੂੰ ਸਮਾਂ ਹੀ ਪਰਖਦਾ ਯਾਰਾਂ ਨੂੰ, ਜਿਵੇਂ ਜੋਰੀ ਪਰਖੇ ਸੋਨੀ ਨੂੰ ਸਮਾਂ ਪਰਖਦਾ ਯਾਰਾਂ ਨੂੰ। ਅਗਲੀ ਬਾਲ ਫਿਰ ਤੇ ਜੋਧਾ ਵਾਲਾ ਫਿਰ ਤਿਆਰ ਹੈ, ਸੁੱਟੀ ਬਾਲ ਖੇਡਾਂ ਸ਼ਾਟ ਦੇ ਰਨ ਚਾਰ ਜਿਹੜੇ ਜੁੜ ਗਏ ਆ, ਰਨ ਚਾਰ ਜਿਹੜੇ ਜੁੜ ਗਏ ਆ, ਰਹਿ ਗਏ 13 ਮੇਰੇ ਵੀਰੇ, 13 ਰਹਿ ਗਏ ਵੀਰੇ 13 ਰਨ ਬਾਈ। ਅਗਲੇ ਮੈਚ ਹੀ ਦੱਸਾਂਗੇ ਹੁਣ ਕਦੋਂ ਹੈ, ਮੈਂ ਤਾਂ ਥੱਕ ਗਿਆ ਬਾਈ ਦੱਸ ਦੱਸ ਕੇ, ਅਗਲੇ ਤੋਂ ਅਗਲਾ ਮੈਚ ਆ ਭਰਾਵੋ। 10 ਬਾਲਾਂ ਦੇ ਵਿੱਚ 13 ਸੋਨੂੰ ਫਿਰ ਵਿੱਚ ਲੱਗ ਜਾਣਾ ਉਹਨੂੰ ਬੋਲਣ ਦਾ ਗੀਤ। ਅਗਲੀ ਬਾਲ ਫਿਰ ਬਾਲ ਕਹਿੰਦੇ ਬਾਹਰ ਹੋ ਗਈ ਆ ਤੇ ਰਹਿ ਗਏ 12 ਮੇਰੇ ਵੀਰੇ, ਦੋ ਛੱਕੇ ਬਾਕੀ ਹੈ, ਦੋ ਛੱਕੇ ਬਾਕੀ ਆ। ਸਮੁੱਚੀ ਸਾਹ ਸੰਗਤ ਦਾ ਬਹੁਤ ਵੱਡਾ ਧੰਨਵਾਦ ਹੈ, ਇੱਥੇ ਤੁਹਾਡਾ ਚੱਲਿਆ ਕਿ ਇੱਕ ਕਦਮ ਸ਼ਹੀਦੇ ਆ ਜਾਓ, ਭਗਤ ਸਿੰਘ ਸਪੋਰਟਸ ਕਲੱਬ ਦੇ ਸਿਰ ਮੱਥੇ ਆ, ਯੋਧਾ ਵਾਲਾ ਤਿਆਰ ਹੈ, ਪਾਸ਼ੀ ਉਡਾਣ ਭਰ ਰਹੇ ਅਸਮਾਨ ਦੇ ਵਿੱਚ ਮੇਰੇ ਵੀਰੋ, ਤੇ ਮੁੰਡਾ ਕਹਿੰਦੇ ਖੇਡ ਮੈਦਾਨ ਦੇ ਅੰਦਰ ਉਡਾਣ ਭਰ ਗਿਆ, ਤੇ ਐਨ ਕਮਾਲ ਦੀ ਖੇਡ, 3 ਬਾਲਾਂ ਆ ਉਭਰਦੀਆਂ, 9 ਬਾਲਾਂ ਦੇ ਵਿੱਚ ਰਨ, 12 ਦੇ ਛੱਕੇ, ਕਹਿੰਦੇ ਦੋ ਅਗਲਾ ਮੈਚ ਆ ਸੁੱਖੀ ਦਾ। ਲੋਕ ਖੇਡ ਮੈਦਾਨ ਦੇ ਅੰਦਰ ਉੱਧਰ 59 ਵੀ ਪੁੱਜ ਗਿਆ ਮੇਰੇ ਵੀਰੋ, 59 ਵੀ ਪੁੱਜ ਗਿਆ ਕਾਸ ਤੋਂ ਕ੍ਰਿਕਟ ਦਾ, ਸੰਗਰੂਰ ਵਾਲਾ ਤਨਵਰ ਪਰਿਵਾਰ ਦਾ ਕਹਿੰਦੇ ਪ੍ਰਸ਼ਾਂਤ, ਪਰ ਡੇਵਿਡ ਪਾਰਨਰ ਕਹਿੰਦੇ ਕਮਾਲ ਹੀ ਕਰੀ ਜਾਂਦਾ, ਰਨ ਚਾਰ ਜਿਹੜੇ ਜੁੜ ਗਏ ਤੇ ਰਹਿ ਗਏ 8 ਬਾਲਾਂ, 8 ਦੇ ਰਨ ਵੀ 8 ਜਿਹੜੇ ਬਾਕੀ ਆ ਮੈਚ ਜਿੱਤਣ ਦੇ ਲਈ। ਪਹਿਲਾਂ ਬੋਲਿੰਗ ਫਿਰ ਉੱਠਦੀ ਸ਼ੇਰਪੁਰ ਦਾ ਪਤਾ ਨਹੀਂ ਕਿਹਦੇ ਨਾਲ ਯਾਰ, ਅਗਲੀ ਬਾਲ ਫਿਰ ਕਹਿੰਦੇ ਸ਼ਰਨਾ ਵਾਲੇ ਗਹਿਰੋ ਦੀ, ਅਪਰੂ ਦੇਸ਼ ਮੇਰੇ ਦੇ 8 ਰਨ ਰਹਿ ਗਏ, ਹੁੱਕਾਂ ਤੇ ਮਨਮੋਹਣੇ ਰਨ ਦਾ 8 ਰਹਿ ਗਏ, ਅਗੇ ਵਿੱਚ ਮੈਦਾਨਾਂ ਦੇ ਦੇਖਣ ਵਾਲੇ ਹੁੰਦੇ ਦੋਸਤੋ ਜੋਰ ਜਵਾਨਾਂ ਦੇ, ਉਹ ਜੋਤਾਂ ਵਾਲਾ ਜੋਤਾਂ ਵਾਲਾ ਜੋਤਾਂ ਵਾਲਾ ਜੋਤਾਂ ਵਾਲਾ ਜੋਤਾਂ ਵਾਲਾ, ਜਿਹਨੂੰ ਐਂ ਛੱਕਿਆ ਵਧੀਆ ਲੱਗੇ ਇੱਕ ਤਾੜੀ ਮਾਰ ਦੋ ਬਾਈ ਗੱਡੀ ਦੇ ਨਾਂ ਤੇ ਜ਼ੋਰਵਾਰ, ਮੈਚ ਜਿੱਤਣ ਦੇ ਲਈ। ਉਹ ਅਗਲੇ ਮੈਚ ਦੇ ਵਿੱਚ ਸੋਨੀ ਬਲਵੀਰ ਹੈਪੀ ਖੇਡੋ, ਹਰੀਆ ਖੇਡੇਗਾ ਤਮੋਟ ਜਿੱਤ ਚੱਲਦੇ ਮੈਚ ਤਮੋਟ।